ਸਮਾਣਾ ਪੁਲਿਸ ਵੱਲੋਂ ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ ਕਰਦੇ ਹੋਏ ਘਰ ਦੇ ਬਾਹਰ ਚਿਪਕਾ ਦਿੱਤਾ ਨੋਟਿਸ ਦੇ ਉਸਦਾ ਘਰ ਕਰ ਦਿੱਤਾ ਸੀਲ। ਮਾਮਲਾ ਸਮਾਣਾ ਦੇ ਪਿੰਡਰਾ ਕਲੋਨੀ ਦਾ ਰਜਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡਰਾ ਕਲੋਨੀ ਜੋ ਪਿਛਲੇ ਦਿਨੀ 7000 ਨਸ਼ੀਲੀਆਂ ਗੋਲੀਆਂ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮਾਣਯੋਗ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਇਸ ਦੀ ਜੋ ਪਿਛਲਾ ਰਿਕਾਰਡ ਸਾਰਾ ਚੈੱਕ ਕੀਤਾ ਗਿਆ, ਪਿਛਲੇ 7 ਸਾਲਾਂ 'ਚ ਇਸ ਨੇ ਕਿੰਨੀ ਪ੍ਰੋਪਰਟੀ ਬਣਾਈ ਉਹ ਹੁਣ ਪੁਲਿਸ ਨੇ ਇਸ ਮਾਮਲੇ ਦੇ ਨਾਲ ਅਟੈਚ ਕਰ ਦਿੱਤੀ ਅਤੇ ਅੱਜ ਉਸਦੇ ਘਰ ਦੇ ਬਾਹਰ ਇੱਕ ਨੋਟਿਸ ਚਿਪਕਾ ਦਿੱਤਾ ਗਿਆ, ਉਸਦੇ ਘਰ ਨੂੰ ਸੀਲ ਕਰ ਦਿੱਤਾ ਗਿਆ। ਇਸ ਮਾਮਲੇ ਦੇ ਵਿੱਚ ਪਿੰਡ ਦੇ ਮੋਹਤਵਰ ਵਿਅਕਤੀ ਆਏ ਅਤੇ ਉਹਨਾਂ ਵੱਲੋਂ ਇਸ ਦੇ ਜੋ ਇਸਦਾ ਘਰ ਸੀ ਉਹਦੀ ਕੀਮਤ 25 ਲੱਖ ਦੇ ਆਸ ਪਾਸ ਲਗਾਈ ਗਈ ਹੈ। ਪੁਲਿਸ ਵੱਲੋਂ ਹੁਣ ਇਸ ਨੂੰ ਸੀਲ ਕਰ ਦਿੱਤਾ ਗਿਆ, ਅਗਲੇ ਮਾਮਲੇ ਦੀ ਇਹਨਾਂ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਹੁਣ ਨਸ਼ਾ ਤਸਕਰਾਂ ਨੂੰ ਲੈ ਕੇ ਪੰਜਾਬ ਸਰਕਾਰ ਜਿੱਥੇ ਪੂਰੀ ਤਰ੍ਹਾਂ ਸਖ਼ਤੀ ਆਪਣੀ ਦਿਖਾਈ ਦੇ ਰਹੀ ਹੈ, ਉੱਥੇ ਪੁਲਿਸ ਵੱਲੋਂ ਵੀ ਪੂਰੀ ਸਖ਼ਤੀ ਕੀਤੀ ਜਾ ਗਈ ਹੈ। ਜਿਹੜੇ ਵਿਅਕਤੀ ਕੋਲ ਹੁਣ ਨਸ਼ਾ ਫੜਿਆ ਜਾਵੇਗਾ ਅਤੇ ਉਸਦਾ ਪਿਛਲਾ ਰਿਕਾਰਡ ਜ਼ਰੂਰ ਇਹਨਾਂ ਵੱਲੋਂ ਚੈੱਕ ਕੀਤਾ ਜਾਵੇਗਾ। ਇਸ ਵਿਅਕਤੀ ਦਾ ਵੀ ਇਸ ਤਰ੍ਹਾਂ ਹੋਇਆ ਕਿ ਇਸ ਕੋਲ 7000 ਨਸ਼ੀਲੀਆਂ ਗੋਲੀਆਂ ਫੜੀਆਂ ਗਈਆਂ ਅਤੇ ਉਸ ਤੋਂ ਬਾਅਦ ਇਸ 'ਤੇ ਇਸਦਾ ਜੋ ਸਾਰਾ ਪਿਛਲਾ ਰਿਕਾਰਡ ਸੀ ਉਹ ਚੈੱਕ ਕੀਤਾ ਗਿਆ ਕਿ ਇਹ ਵਿਅਕਤੀ ਕਦੋਂ ਤੋਂ ਨਸ਼ਾ ਇਹ ਕੰਮ ਕਰਦਾ ਅਤੇ ਇਸ ਕੋਲੋਂ ਇਸ ਨੇ ਉਸ ਸਮੇਂ ਦੇ ਵਿੱਚ ਕਿੰਨੀ ਪ੍ਰੋਪਰਟੀ ਬਣਾਈ ਹੈ ਉਹ ਅੱਜ ਸਾਰੀ ਪੁਲਿਸ ਵੱਲੋਂ ਸੀਲ ਕਰ ਦਿੱਤੀ ਗਈ। ਇਸਦੀ ਜੋ ਸਮਾਣਾ ਦੀ ਆਪਣਾ ਪਿੰਡਰਾ ਕਲੋਨੀ ਦੇ ਵਿੱਚ ਇਸਦੀ ਲਗਭਗ 25 ਲੱਖ ਦੇ ਆਸ ਪਾਸ ਇੱਕ ਇੱਥੇ ਕੋਠੀ ਸੀ, ਉਸ ਨੂੰ ਅੱਜ ਪੁਲਿਸ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਕੇਸ ਰਜਿਸਟਰ ਹੋਇਆ ਸੀਗਾ, ਉਸ ਤੋਂ ਬਾਅਦ ਉਹ ਮਤਲਬ 7000 ਗੋਲੀ ਦੇ ਵਿੱਚ ਬੰਦਾ ਫੜਿਆ ਗਿਆ ਸੀ ਰਜਿੰਦਰ ਕੁਮਾਰ। ਇਹਦਾ ਜਿਹੜਾ 68F ਐਂਟੀਪੇਸਿਸ ਦੇ ਇੱਕ ਐਕਸੈਪਸ਼ਨ ਹੈਗੀ ਆ ਕਿ ਉਹ ਪਿਛਲਾ 5 ਸਾਲ ਤੱਕ ਉਹਨਾਂ ਨੇ ਕਿਹੜੀ ਪ੍ਰੋਪਰਟੀ ਬਣਾਈ ਅਤੇ ਉਹ ਅਸੀਂ ਜਦੋਂ ਇਹਨਾਂ ਦੀ ਪ੍ਰੋਪਰਟੀ ਖੰਗਾਲੀ ਇਹਨਾਂ ਨੇ ਇਹ ਪ੍ਰੋਪਰਟੀ ਜਿਹੜੀ ਆ 2015 ਤੋਂ ਬਾਅਦ ਵਿੱਚ ਇਹਨਾਂ ਨੇ ਬਣਾਈ ਉਹ ਵੈਰੀਫਾਈ ਹੋਈ। ਫਿਰ ਇਹ ਜਿਹੜੀ ਫਾਈਨਿੰਗ ਅਥਾਰਟੀ ਆ ਦਿੱਲੀ ਦੇ ਵਿੱਚ ਇਹਨਾਂ ਦੀ ਮਤਲਬ ਜਿਹੜੀ ਆ ਪੇਸ਼ੀ ਪਈ, ਕਾਗਜ਼ ਤਿਆਰ ਹੋ ਕੇ ਹੋਏ ਅਤੇ ਫਾਈਨਲ ਆਰਡਰ ਜਿਹੜਾ ਉੱਥੋਂ ਦਿੱਲੀ ਦੇ ਤੋਂ ਹੋ ਕੇ ਆਇਆ ਜਿਹੜੀ ਫਾਈਨਲ ਅਥਾਰਟੀ ਹੈਗੀ ਆ। ਇਹ ਜਿਹੜੀ ਇਹਨਾਂ ਦੇ ਜਿਹੜਾ ਇਹ ਹਾਊਸ ਆ ਇਹਦੀ ਪ੍ਰਾਈਜ਼ ਜੋ ਮਤਲਬ ਮਾਰਕੀਟ ਪ੍ਰਾਈਜ਼ ਆ 20-25 ਲੱਖ ਦਾ ਹੈਗਾ ਅਤੇ ਉਹ ਅੱਜ ਜਿਹੜੀ ਆ ਜਿਹੜੀ ਪ੍ਰੋਪਰਟੀ ਆ ਉਹ ਫੋਰਫਿਟ ਕਰ ਦਿੱਤੀ ਹੈ ਅਤੇ ਇਹ ਹੁਣ ਨਾ ਇਹ ਦੇ ਸਕਣਗੇ ਨਾ ਇਹ ਕੁਝ ਲੋਨ ਲੈ ਸਕਣਗੇ ਅਤੇ ਉਹ ਜੋ ਹੈਗਾ ਫਰਦਰ ਅੱਗੇ ਜੋ ਹੋਏਗਾ। ਇਹ ਜਿਹੜਾ ਕਥਿਤ ਆਰੋਪੀ ਹੈ ਇਹ ਪਰਿਵਾਰ ਰਹਿ ਰਿਹਾ ਜਿਸ ਤਰ੍ਹਾਂ ਇਹ ਮਤਲਬ ਅਸੀਂ ਸਿਰਫ ਪ੍ਰੋਪਰਟੀ ਨੂੰ ਫੋਰਫੀਚਰ ਰੈਵਨਿਊ ਮਹਿਕਮੇ ਦੇ ਵਿੱਚ ਦਰਜ ਕਰਵਾਉਣਾ, ਕਾਰਪੋਰੇਸ਼ਨ ਦੇ ਵਿੱਚ ਜਿਹੜੀ ਲੋਕਲ ਕਮੇਟੀ ਹੈਗੀ ਉਹਦੇ ਵਿੱਚ ਇਸ ਚੀਜ਼ ਦਾ ਮਤਲਬ ਐਂਟਰੀ ਹੋ ਜਾਏਗੀ। ਇਹ ਅੱਗੇ ਸੇਲ ਪਰਚੇਜ਼ ਨਹੀਂ ਕਰ ਪਾਉਣ ਅਤੇ ਆਪਣੇ ਸਨੌਰ ਥਾਣੇ 'ਚ ਤੁਹਾਡੇ ਸੜੂਜਿੰਦ ਦੇ ਵੀ ਜਿਹੜੇ ਤੁਸੀਂ ਕਰ ਰਹੇ ਹੋ ਤਾਲੀਵਾਲ ਸਾਹਿਬ ਉੱਥੇ ਕਿੰਨੇ ਕਿਸ ਤਰ੍ਹਾਂ ਦੇ ਤਸਕਰ ਹੈ ਜਿਨ੍ਹਾਂ ਕੀ ਪ੍ਰੋਪਰਟੀਆਂ ਕੋਲ ਬਣਾਏ? ਅਸੀਂ ਸਾਡੇ ਇੱਕ ਸਦਰ ਦਾ ਇੱਕ ਜੁਲਕਾ ਦੇ ਏਰੀਏ ਦੇ ਵਿੱਚ ਵੀ ਮੈਂ ਨਾਂ ਨਹੀਂ ਡਿਸਕਲੋਜ ਕਰ ਸਕਦਾ ਕਿਉਂਕਿ ਫਾਈਨਲ ਆਰਡਰ ਨਹੀਂ ਆਏ। ਅਸੀਂ ਸਾਰੇ ਮਤਲਬ ਪ੍ਰੋਪਰ DDP ਸਾਹਿਬ ਮਾਨਯੋਗ DDP ਸਾਹਿਬ SSP ਸਾਹਿਬ ਜਿਹੜੇ ਵਰਨ ਸ਼ਰਮਾ ਨੇ ਸਾਡੇ SSP ਪਟਿਆਲਾ ਉਹਨਾਂ ਨੇ ਬੜਾ ਨਿੱਜੀ ਧਿਆਨ ਦੇ ਕੇ ਸਾਰੇ ਜ਼ਿਲ੍ਹੇ 'ਚ ਹੀ ਇਹ ਪ੍ਰੋਸੈਸ ਚੱਲ ਰਿਹਾ ਅਤੇ ਮੇਰਾ ਖਿਆਲ ਆ ਲਾਰਜੈਸਟ ਇਹਨੂੰ ਤਾਂ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਬਹੁਤ ਇੱਦਾਂ ਦੀਆਂ ਪ੍ਰੋਪਰਟੀਆਂ ਜਿਹੜੀਆਂ ਫੋਰਫੀਚਰ ਕਰ ਦਿੱਤੀਆਂ ਇਹਨਾਂ ਨੇ। ਜਿਹੜੇ ਨਸ਼ਾ ਤਸਕਰ ਹੈ ਉਹਨਾਂ ਵਾਸਤੇ ਖਾਸ ਤੌਰ 'ਤੇ ਉਹਨਾਂ ਨੂੰ ਜਿਹੜਾ ਮਨੋਵੈਜਨਿਕ ਤੌਰ 'ਤੇ ਇਸ ਤਰ੍ਹਾਂ ਆਪਾਂ ਉਹਨੂੰ ਤੋੜ ਸਕੀਏ ਉਸ ਪਰਿਵਾਰ ਨੂੰ ਦੇਸ਼ 'ਤੇ ਹਟ ਸਕਣ, ਇਹ ਜਿਹੜੀ ਮੁਹਿੰਮ ਉਸਕਾ ਨਤੀਜਾ ਚੰਗੇ ਆਉਣੇ ਦੇ? ਹਾਂ, ਇਹ ਦੇਖੋ ਇਹ ਅਵੇਅਰਨੈਸ ਵੀ ਹੈ ਲੋਕਾਂ ਨੂੰ ਅੱਗੇ ਤੋਂ ਦਿਖੂਗਾ ਵੀ ਅਸੀਂ ਜੇ ਮਾੜਾ ਕੰਮ ਕਰਕੇ ਕੋਈ ਚੀਜ਼ ਬਣਾਈ ਆ ਸਮਗਲਿੰਗ ਕਰਕੇ ਕੋਈ ਚੀਜ਼ ਬਣਾਈ ਆ ਉਹ ਕਾਨੂੰਨ ਉਹਨੂੰ ਛੱਡਦਾ ਨਹੀਂ ਹੈ, ਕਾਨੂੰਨ ਆਪਣੇ ਹੱਥ 'ਚ ਉਹਨੂੰ ਲੈ ਲੈਂਦਾ ਸਕੇ। ਸੋ ਮੇਰੀ ਰਿਕੁਐਸਟ ਵੀ ਹੈ ਵੀ ਜਿਹੜਾ ਵੀ ਕੋਈ ਇੱਦਾਂ ਦਾ ਆਂਸਰ ਹੈਗਾ ਉਹ ਇਸ ਚੀਜ਼ ਤੋਂ ਬਾਜ਼ ਆਉਣ, ਬਿਲਕੁਲ ਕੰਮ ਕਰਕੇ ਕੰਮ ਇਹ ਮਾੜਾ ਕੰਮ ਛੱਡ ਕੇ ਆਪਣੀ ਮਿਹਨਤ ਮਜ਼ਦੂਰੀ ਦਾ ਕੰਮ ਕਰ।